ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮੁਸਕਾਨ ਹੈ ਤੁਸੀਂ ਕਿਹੜੀ ਜਮਾਤ ਵਿੱਚ ਪੜਦੇ ਹੋ ਮੈਂ 8ਵੀਂ ਜਮਾਤ ਵਿੱਚ ਪੜਦੀ ਹਾਂ ਤੁਹਾਡੇ ਮਾਤਾ ਪਿਤਾ ਦਾ ਕੀ ਨਾਮ ਹੈ ਮੇਰੀ ਮਾਤਾ ਦਾ ਨਾਮ Kusum ਤੇ ਪਿਤਾ ਦਾ ਨਾਮ ਪ੍ਰਕਾਸ਼ ਹੈ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਜਲੰਧਰ ਰਹਿੰਦੀ ਹਾਂ ਤੁਹਾਡੇ ਸਕੂਲ ਦਾ ਕੀ ਨਾਮ ਹੈ ਮੇਰੇ ਸਕੂਲ ਦਾ ਨਾਮ ਸਰਕਾਰੀ ਬਾਲ ਵਿਦਿਆਲਾ ਹੈ ਤੁਹਾਡੀ ਜਮਾਤ ਦੇ ਅਧਿਆਪਕ ਕਿਹੜਾ ਵਿਸ਼ਾ ਪੜ੍ਹਾਉਂਦੇ ਹਨ ਮੇਰੇ ਜਮਾਤ ਦੇ ਅਧਿਆਪਕ ਪੰਜਾਬੀ ਭਾਸ਼ਾ ਪੜ੍ਹਾਉਂਦੇ ਹਨ ਤੁਹਾਡੀ ਕਿਹੜੇ ਵਿਸ਼ੇ ਵਿੱਚ ਵਧੇਰੇ ਰੁਚੀ ਹੈ ਮੈਨੂੰ ਪਾਸ਼ਾ ਪੜ੍ਹਨੀ ਚੰਗੀ ਲੱਗਦੀ ਹੈ। ਤੁਹਾਨੂੰ ਪਾਸ਼ਾ ਪੜ੍ਹਨੀ ਕਿਉਂ ਚੰਗੀ ਲੱਗਦੀ ਹੈ? ਇਸ ਵਿੱਚ ਕਵਿਤਾਵਾਂ, ਕਹਾਣੀਆਂ ਤੇ ਨਾਟਕ ਹੁੰਦੇ ਹਨ। ਹਾਂ, ਨਾਟਕ ਤਾਂਸੀਂ ਖੇੜ ਵੀ ਸਕਦੇ ਆ। ਤੁਸੀਂ ਕਿਹੜੀਆਂ-ਕਿਹੜੀਆਂ ਪਾਸ਼ਾਵਾਂ ਬੋਲ ਸਕਦੇ ਹੋ? ਮੈਂ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਖਾਸੀ ਬੋਲ ਸਕਦਾ ਹਾਂ। ਤੁਹਾਡੇ ਘਰ ਖਾਣਾ ਕੌਣ ਪਕਾਉਂਦਾ ਹੈ? ਸਾਡੇ ਘਰ ਵਿੱਚ ਮਾਂ ਅਤੇ ਪਿਤਾ ਜੀ ਦੋਵੇਂ ਖਾਣਾ ਪਕਾਉਂਦੇ ਹਨ। ਤੁਹਾਨੂੰ ਸਕੂਲ ਕੌਣ ਛੱਡਣ ਜਾਂਦਾ ਹੈ? ਮੈਨੂੰ ਸਕੂਲ ਕਦੇ ਮਾਂ ਤੇ ਕਦੇ ਪਿਤਾ ਦੋਨੋਂ ਛੱਡਣ ਆਉਂਦੇ ਹਨ ਮਾਪੇ ਅਧਿਆਪਕ ਪੇਰੈਂਟ ਟੀਚਰ ਮੀਟਿੰਗ ਵਿੱਚ ਕੌਣ ਆਉਂਦੇ ਹਨ ਪੀਟੀਐਮ ਵਿੱਚ ਕਦੇ ਮਾਂ ਅਤੇ ਕਦੇ ਪਿਤਾ ਜੀ ਆਉਂਦੇ ਹਨ ਤਨੂੰ ਖਾਣੇ ਵਿੱਚ ਕੀ ਪਸੰਦ ਹੈ ਮੈਨੂੰ ਖਾਣੇ ਵਿੱਚ ਖਿਚੜੀ ਪਸੰਦ ਹੈ ਤੁਹਾਡੇ ਇਲਾਕੇ ਵਿੱਚ ਕਿਹੜਾ ਫਲ ਵਧੇਰੇ ਮਿਲਦਾ ਹੈ ਸਾਡੇ ਇਲਾਕੇ ਵਿੱਚ ਅੰਬਰੂਦ, ਅੰਗੂਰ ਤੇ ਕਿਨੂ ਵਧੇਰੇ ਮਿਲਦੇ ਹਨ ਪਰ ਮੈਨੂੰ ਅੰਬ ਵਧੇਰੇ ਪਸੰਦ ਹੈ ਤੁਸੀਂ ਸਵੇਰੇ ਕਦੋਂ ਉੱਠਦੇ ਹੋ ਮੈਂ ਸਵੇਰੇ 6 ਵਜੇ ਉੱਠਦੀ ਹਾਂ ਕੀ ਤੂੰ ਸੀ ਰੋਜ਼ਾਨਾ ਕਸਰਤ ਕਰਦੇ ਹੋ? ਹਾਂ, ਮੈਂ ਯੋਗਾ ਕਰਦੀ ਹਾਂ। ਕੀ ਤੁਹਾਡੇ ਸਕੂਲ ਵਿੱਚ ਕੋਈ ਯੋਗਾ ਸਿਖਾਉਣ ਵਾਲਾ ਹੈ? ਹਾਂ, ਸਾਡੇ ਸਕੂਲ ਵਿੱਚ ਯੋਗਾ ਸਿਖਾਉਣ ਵਾਲਾ ਹੈ। ਉਹ ਸਾਨੂੰ ਯੋਗਾ ਤੇ ਹੋਰ ਕਸਰਤਾਂ ਕਰਾਉਂਦੇ ਹਨ। ਤੁਹਾਨੂੰ ਖੇਡਣਾ ਪਸੰਦ ਹੈ? ਹਾਂ, ਮੈਨੂੰ ਕਬੱਡੀ ਖੇਡਣੀ ਪਸੰਦ ਹੈ। ਮੈਨੂੰ ਇੰਡੋਰ ਖੇਡ ਪਸੰਦ ਹੈ ਅਤੇ ਤੁਹਾਨੂੰ ਮੈਨੂੰ ਵੀ ਮੈਂ ਟੇਬਲ ਟੈਨਿਸ ਖੇਡਦੀ ਹਾਂ ਤੁਸੀਂ ਵੀਡੀਓ ਗੇਮ ਖੇਡਦੇ ਹੋ ਨਹੀਂ ਮੈਨੂੰ ਵੀਡੀਓ ਗੇਮ ਪਸੰਦ ਨਹੀਂ ਹੈ ਮੈਨੂੰ ਬਾਹਰ ਖੇਡਣਾ ਪਸੰਦ ਹੈ ਜਿਵੇਂ ਕਬੱਡੀ ਤੁਹਾਡੇ ਇਲਾਕੇ ਵਿੱਚ ਕਿਹੜੇ-ਕਿਹੜੇ ਦਰਿਆ ਵਹਿੰਦੇ ਹਨ ਸਾਡੇ ਇਲਾਕੇ ਵਿੱਚ ਬਿਆਸ ਦਰਿਆ ਵਹਿੰਦਾ ਹੈ। ਉਸ ਦੇ ਕੰਢੇ ਉੱਪਰ ਬਹੁਤ ਸਾਰੇ ਬਾਗ ਹਨ। ਅਸੀਂ ਸਾਰੇ ਉੱਥੇ ਕੁੰਮਣ ਜਾਂਦੇ ਹਾਂ। ਤੁਸੀਂ ਕਿੱਥੇ ਕੁੰਮਣ ਜਾਂਦੇ ਹੋ? ਅਸੀਂ ਪਾਰਕ ਵਿੱਚ ਕੁੰਮਣ ਜਾਂਦੇ ਹਾਂ। ਸਾਡੇ ਸ਼ਹਿਰ ਦੇ ਪਾਰ ਇੱਕ ਪਹਾੜ ਹੈ। घूम फिर चंकी तोड़े इलाके विच खेत हन हाँ साडे इलाके विच बहुत सारे खेत हन उथे जंगल भी है उस जंगल विच एक चरना है तुसी चरना वेख्या है नहीं मैं वेखना चाहूंगा ਸਾਡੇ ਪਿੰਡ ਆਣਾ ਮੈਂ ਤੁਹਾਨੂੰ ਚਰਨਾ ਦਿਖਾਉਂਗੀ। ਓਹ ਅੱਜ ਬਹੁਤ ਗਰਮੀ ਹੈ। ਹੁਣ ਮੀਂਹ ਪੈਣਾ ਚਾਹੀਦਾ ਹੈ। ਤੁਹਾਡੇ ਇਲਾਕੇ ਵਿੱਚ ਮੌਸਮ ਕਿਹੋ ਜਿਹਾ ਹੈ? ਇੱਥੋਂ ਦਾ ਮੌਸਮ ਜ਼ਿਆਦਾਤਰ ਆਮ ਜਾਂ ਗਰਮ ਰਹਿੰਦਾ ਹੈ। कि तुसी रेगिस्तान वेख्या है नहीं मैं रेगिस्तान नहीं वेखिया तो बहुत गर्मी है। हाँ, पर रात रेत ठंडी हो जाती है हाँ, मैं भी रेगिस्तान वेखना चाहती हाँ। ਮੈਂ ਪਿਛਲੀ ਗਰਮੀ ਦੀਆਂ ਛੁੱਟੀਆਂ ਵਿੱਚ ਆਪਣੇ ਪਰਿਵਾਰ ਨਾਲ ਪਹਾੜਾ ਉੱਤੇ ਕੁੰਮਣ ਗਿਆ ਸੀ ਉੱਤੇ ਸਰਦੀਆਂ ਵਿੱਚ ਬਹੁਤ ਬਰਫ਼ ਪੈਂਦੀ ਹੈ ਤੁਹਾਡਾ ਮਨਪਸੰਦ ਤਿਉਹਾਰ ਕਿਹੜਾ ਹੈ ਮੇਰਾ ਮਨਪਸੰਦ ਤਿਉਹਾਰ ਦੀਵਾਲੀ ਹੈ ਦੀਵਾਲੀ ਮੈਨੂੰ ਵੀ ਬਹੁਤ ਪਸੰਦ ਹੈ ਪਰ ਮੈਨੂੰ ਹੋਲੀ ਜ਼ਿਆਦਾ ਪਸੰਦ ਹੈ ਹੋਲੀ ਵਿੱਚ ਅਸੀਂ ਬਹੁਤ ਰੰਗ ਪਾਉਂਦੇ ਹਾਂ ਤਿਹਾਰਾਂ ਵਿੱਚ ਅਸੀਂ ਬਹੁਤ ਮਠਾਈਆਂ ਖਾਂਦੇ ਹਾਂ ਜਿਵੇਂ ਸੇਵੀਆਂ ਇਹਦਾ ਖਾਸ ਪਕਵਾਨ ਹੈ ਤਿਹਾਰਾ ਸਮੇ ਮੇਲੇ ਵਿੱਚ ਵੀ ਜਾਣਾ ਚੰਗਾ ਲੱਗਦਾ ਹੈ ਹਾਂ ਮੈਨੂੰ ਵੀ ਜਾਣਾ ਪਸੰਦ ਹੈ ਤੁਹਾਡੇ ਸਕੂਲ ਵਿੱਚ ਸਤੰਤਰਤਾ ਦਿਵਸ ਕਿਵੇਂ ਮਨਾਇਆ ਜਾਂਦਾ ਹੈ ਅਸੀਂ ਝੰਡਾ ਲਹਿਰਾਉਂਦੇ ਹਾਂ ਰਾਸ਼ਟਰੀ ਗਾਣ ਗਾਉਂਦੇ ਹਾਂ ਲੱਡੂ ਵੀ ਖਾਂਦੇ ਹਾਂ ਇਸ ਤਰ੍ਹਾਂ ਗਣਤੰਤਰ ਦਿਵਸ ਵੀ ਮਨਾਇਆ ਜਾਂਦਾ ਹੈ। 2 ਅਕਤੂਬਰ ਗਾਂਧੀ ਜੰਤੀ ਨੂੰ ਅਸੀਂ ਸਵੱਛਤਾ ਦਿਵਸ ਮਨਾਉਂਦੇ ਹਾਂ। ਸਾਡੇ ਸਕੂਲ ਵਿੱਚ ਮਾਂ ਬੂਲੇ ਦਿਵਸ ਵੀ ਮਨਾਇਆ ਜਾਂਦਾ ਹੈ ਜੋ 21 ਫਰਵਰੀ ਨੂੰ ਹੁੰਦਾ ਹੈ। ਤੁਹਾਡੇ ਘਰ ਵਿੱਚ ਕੌਣ-ਕੌਣ ਰਹਿੰਦੇ ਹਨ? ਸਾਡੇ ਘਰ ਵਿੱਚ ਮਾਤਾ ਪਿਤਾ ਜੀ ਦਾਦਾ ਦਾਦੀ ਜੀ ਚਾਚਾ ਚਾਚੀ ਜੀ ਅਤੇ ਮੇਰੀ ਭੈਣ ਹੈ ਕੀ ਤੁਸੀਂ ਕਦੇ ਆਪਣੇ ਮਾਮੇ ਦੇ ਘਰ ਜਾਂਦੇ ਹੋ ਹਾਂ ਮੈਂ ਛੁੱਟੀ ਵਾਲੇ ਦਿਨਾਂ ਵਿੱਚ ਮਾਮੇ ਦੇ ਘਰ ਜਾਂਦੀ ਹਾਂ ਉੱਥੇ ਬਹੁਤ ਚੰਗਾ ਲੱਗਦਾ ਹੈ ਉੱਥੇ ਮੇਰੇ ਮਾਮਾ ਮਾਮੀ ਮਾਸੀ ਅਤੇ ਨਾਨਾ ਨਾਨੀ ਰਹਿੰਦੇ ਹਨ ਸਾਡੀ ਨਾਨੀ ਸਾਨੂੰ ਬਹੁਤ ਕਹਾਣੀਆਂ ਸੁਣਾਉਂਦੀ ਹੈ ਕੀ ਤੁਸੀਂ ਵੀ ਆਪਣੇ ਮਾਮੇ ਦੇ ਘਰ ਜਾਂਦੇ ਹੋ ਹਾਂ ਮੈਂ ਤਾਂ ਆਪਣੇ ਮਾਮਾ ਤੇ ਪੂਆ ਦੋਵਾਂ ਤੇ ਘਰ ਜਾਂਦਾ ਹਾਂ ਮੇਰੇ ਪੂਆ ਦੇ ਘਰ ਇੱਕ ਕੁੱਤਾ ਅਤੇ ਇੱਕ ਬਿੱਲੀ ਵੀ ਹੈ ਸਾਡੇ ਘਰ ਵਿੱਚ ਗਾਂ ਤੇ ਬੱਚਾ ਹਨ ਸਾਡੇ ਪਿੰਡ ਵਿੱਚ ਮੱਝ ਅਤੇ ਬੱਕਰੀਆਂ ਵੀ ਹਨ ਮੇਰੇ ਘਰ ਵਿੱਚ ਇੱਕ ਤੋਤਾ ਸੀ ਇੱਕ ਦਿਨ ਉਹ ਉੱਡ ਗਿਆ ਮੈਨੂੰ ਬੜਾ ਮਜ਼ਾ ਆਇਆ ਤੁਸੀਂ ਸਕੂਲ ਦੀਆਂ ਛੁੱਟੀਆਂ ਵਿੱਚ ਕਿੱਥੇ ਜਾਣਾ ਪਸੰਦ ਕਰਦੇ ਹੋ ਮੈਨੂੰ ਗਰਮੀ ਦੀਆਂ ਛੁੱਟੀਆਂ ਵਿੱਚ ਪਹਾੜਾਂ ਤੇ ਜਾਣਾ ਪਸੰਦ ਹੈ। ਐਨਾਂ ਛੁੱਟੀਆਂ ਵਿੱਚ ਕਿੱਥੇ ਜਾ ਰਹੇ ਹੋ? ਮੈਂ ਐਨਾਂ ਛੁੱਟੀਆਂ ਵਿੱਚ ਸਿੱਕਮ ਜਾਂ ਕਸ਼ਮੀਰ ਜਾ ਰਹੀ ਹਾਂ। ਮੇਰਾ ਮਨ ਤਾਂ ਸਰਦੀ ਦੀਆਂ ਛੁੱਟੀਆਂ ਵਿੱਚ ਗੋਆ ਜਾਂ ਅੰਦਮਨ ਜਾਣ ਨੂੰ ਕਰਦਾ ਹੈ। ਉਏ ਅੰਡੇਮਾਨ ਤੋਂ ਸਮੁੰਦਰ ਦੇ ਅੰਦਰ ਉੱਥੇ ਕਿਵੇਂ ਜਾਂਦੇ ਹਾਂ ਉੱਥੇ ਹਵਾਈ ਜਹਾਜ਼ ਅਤੇ ਪਾਣੀ ਵਾਲੇ ਜਹਾਜ਼ ਦੋਹਾਂ ਰਾਹੀਂ ਜਾ ਸਕਦੇ ਹਾਂ ਤੁਸੀਂ ਪੜ੍ਹ ਲਿਖ ਕੇ ਕੀ ਬੰਨਾ ਚਾਹੁੰਦੇ ਹੋ ਮੈਂ ਲੇਖਕ ਬੰਨਾ ਚਾਹੁੰਦੀ ਹਾਂ ਮੈਂ ਆਪਣੇ ਕਰੇਲੂ ਕਮ ਤੰਦੇ ਵਿੱਚ ਸਹਿਯੋਗ ਦੇਵਾਂਗਾ। ਕਿਸ ਤਰ੍ਹਾਂ ਦੇ ਕਮ ਤੰਦੇ? ਖੇਤੀਬਾੜੀ ਬਾਗਬਾਨੀ ਦੁਕਾਨ ਤੇ ਕੱਪੜੇ ਦਾ ਕਾਰੋਬਾਰ ਮੈਂ ਸਿਆਸਤ ਵਿੱਚ ਜਾਣਾ ਚਾਹੁੰਦੀ ਹਾਂ। ਮੇਰਾ ਸੁਪਨਾ ਐਵਰੇਸਟ ਉੱਤੇ ਜਾਣ ਦਾ ਹੈ। ਮੈ ਤਾਂ ਫੌਜੀ ਬਣਨਾ ਚਾਹੁੰਦੀ ਹਾਂ